ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਆ ਡਿਜ਼ਾਈਨ ਬਣਾਉਣਾ ਦੱਸਣ ਲੱਗੀ ਆ ਇਹ ਵੀ ਮੇਰੇ ਆਪਣੇ ਵੀਵਰਜ਼ ਜਿਨ੍ਹਾਂ ਨੇ ਮੈਨੂੰ ਪਿਕ ਭੇਜੀ ਸੀ ਤੇ ਡਿਜ਼ਾਈਨ ਮੈਂ ਬਣਾ ਕੇ ਤਿਆਰ ਕੀਤਾ ਹੈ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਇਆ ਹੈ ਤਿੰਨ ਫੰਦਿਆਂ ਦਾ ਡਿਜ਼ਾਈਨ ਆ ਜਦੋਂ ਵੀ ਆਪਾਂ ਸਲਾਈ ਤੇ ਫੰਦੇ ਪਾਉਣੇ ਤਿੰਨ ਤਿੰਨ ਫੰਦਿਆਂ ਦੇ ਹਿਸਾਬ ਨਾਲ ਫੰਦੇ ਪਾਵਾਂਗੇ ਇੱਕ ਫੰਦਾ ਆਪਾਂ ਵੱਧ ਪਾਵਾਂਗੇ ਤਾਂ ਕਿ ਆਪਣਾ ਡਿਜ਼ਾਈਨ ਦੋਨਾਂ ਸਾਈਡਾਂ ਤੋਂ ਇੱਕ ਬਰਾਬਰ ਸ਼ੁਰੂ ਹੋਵੇ ਤੇ ਚਾਰ ਸਲਾਈਆਂ 'ਚ ਇਹ ਡਿਜ਼ਾਈਨ ਜਿਹੜਾ ਆਪਣਾ ਕੰਪਲੀਟ ਹੋ ਜਾਂਦਾ ਹੈ ਹੁਣ ਮੈਂ ਤੁਹਾਨੂੰ ਬਣਾਉਣਾ ਦੱਸਦੀ ਆਂ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਵਾਂਗੇ ਆ ਮੈਂ ਸਲਾਈ ਤੇ 22 ਫੰਦੇ ਪਾ ਕੇ ਤੇ ਆ ਚਾਰਕ ਸਲਾਈਆਂ ਬਾਟਰ ਦੀਆਂ ਪਾ ਲਈਆਂ ਹਾਂ ਹੁਣ ਆਪਾਂ ਡਿਜ਼ਾਈਨ ਦੀ ਲਾਈਨ ਸ਼ੁਰੂ ਕਰਾਂਗੇ ਪਹਿਲੇ ਦੋ ਫੰਦੇ ਮੈਂ ਉਲਟੇ ਬਣਾਉਂਗੀ ਇਹ ਮੈਂ ਪੂਰੇ ਡਿਜ਼ਾਈਨ 'ਚ ਉਲਟੇ ਬਣਾਵਾਂਗੇ ਇਹ ਡਿਜ਼ਾਈਨ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਧਰ ਸਾਈਡ ਤੇ ਵੀ ਆਪਾਂ ਦੋ ਫੰਦੇ ਸਿੱਧੇ ਉਲਟੇ-ਉਲਟੇ ਰੱਖਾਂਗੇ ਇਧਰ ਵੀ ਆਪਾਂ ਦੋ ਫੰਦੇ ਉਲਟੇ-ਉਲਟੇ ਰੱਖਾਂਗੇ ਤਾਂ ਕਿ ਆਪਣਾ ਇਹ ਡਿਜ਼ਾਈਨ ਸਿੱਧਾ-ਸਿੱਧਾ ਜਾਵੇ ਜੇ ਤੁਸੀਂ ਇਧਰ ਦੋ-ਦੋ ਫੰਦੇ ਖਾਲੀ ਉਲਟੇ ਨਹੀਂ ਛੱਡੋਗੇ ਫਿਰ ਤਾਂ ਇਹ ਡਾਇ ਡਿਜ਼ਾਈਨ ਜਿਹੜਾ ਟੇਡਾ ਜਾਣ ਲੱਗ ਜੂਗਾ ਤੇ ਇਸ ਕਰਕੇ ਨੂੰ ਜੇ ਆਪਾਂ ਸਿੱਧਾ-ਸਿੱਧਾ ਬਣਾਉਣਾ ਵਾ ਤੇ ਦੋਨਾਂ ਸਾਈਡਾਂ ਤੇ ਦੋ-ਦੋ ਫੰਦੇ ਆਪਾਂ ਖਾਲੀ ਜਿਹੜੇ ਉਲਟੇ-ਉਲਟੇ ਪਾਉਂਦੇ ਜਾਵਾਂਗੇ ਨਾਲ-ਨਾਲ ਡਿਜ਼ਾਈਨ ਦੇ ਪਰ ਆ ਮੈਂ ਦੋ ਫੰਦੇ ਉਲਟੇ ਪਾ ਲੇ। ਅੱਗੇ ਮੈਂ ਦੋ ਫੰਦਿਆਂ ਦਾ ਇੰਜ ਇੱਕ ਕਰੂੰਗੀ, ਉਲਟਾ ਹੀ ਕਰੂੰਗੀ। ਫੇਰ ਇੱਕ ਫੰਦੇ ਤੇ ਇਸ ਤਰ੍ਹਾਂ ਵਾਲ ਪਾ ਕੇ ਇਹਨੂੰ ਖਾਲੀ ਉਤਾਰ ਲੂੰਗੀ। ਫੇਰ ਦੋ ਫੰਦਿਆਂ ਦਾ ਇੱਕ ਫੇਰ ਇੰਜ ਕਰਕੇ ਵਾਲ ਪਾ ਲਿਆ। ਦੋ ਫੰਦਿਆਂ ਦਾ ਇੱਕ ਫੰਦਾ ਇੱਥੇ ਆਪਾਂ ਵਾਲ ਪਾ ਲਿਆ। ਵਾਲ ਪਾ ਕੇ ਆਪਾਂ ਫੰਦਾ ਖਾਲੀ ਉਤਾਰਨਾ। ਫਿਰ ਦੋ ਫੰਦਿਆਂ ਦਾ ਇੱਕ ਫੰਦਾ ਫਿਰ ਵਾਲ ਪਾ ਕੇ ਫੰਦਾ ਖਾਲੀ ਉਤਾਰਿਆ ਪੂਰੀ ਸਲਾਈ ਆਪਾਂ ਇਸ ਤਰੀਕੇ ਕੰਪਲੀਟ ਕਰਨੀ ਹੈ ਜਿਵੇਂਖੋ ਜੇ ਤੁਸੀਂ ਤਿੰਨ ਤਿੰਨ ਦੇ ਹਿਸਾਬ ਨਾਲ ਫੰਦੇ ਪਾਏ ਹੋਣਗੇ ਆਪਣੇ ਆਪ ਆਪਣਾ ਡਿਜ਼ਾਈਨ ਸੈੱਟ ਆ ਜਾਣਾ ਇਧਰ ਹੁਣ ਆਪਾਂ ਪਹਿਲਾਂ ਜਦੋਂ ਸ਼ੁਰੂ ਕੀਤਾ ਦੋ ਦਾ ਇੱਕ ਕੀਤਾ ਵਾ ਇਥੇ ਲਾਸਟ ਤੇ ਆਪਣਾ ਵੇਖੋ ਵਾਲ ਆ ਗਿਆ ਤਾਂ ਕਿ ਆਪਣੇ ਫੰਦੇ ਜਿਹੜੇ ਬਰਾਬਰ ਰਹਿਣ ਹੁਣ ਆਹ ਦੋ ਫੰਦੇ ਆਪਣੇ ਫਿਰ ਉਲਟੇ ਉਹਨੂੰ ਉਲਟੀ ਸਲਾਈ ਆ ਦੋ ਫੰਦੇ ਆਪਾਂ ਉਲਟੇ ਬਣਾਵਾਂਗੇ ਜਿਹੜਾ ਆਪਾਂ ਫੰਦੇ ਨੂੰ ਵਲ ਪਾਇਆ ਵਾ ਆ ਵੇਖੋ ਵਲ ਪਾਇਆ ਖਾਲੀ ਫੰਦਾ ਉਤਾਰਿਆ ਇਹਨਾਂ ਨੂੰ ਫਿਰ ਇਸ ਤਰ੍ਹਾਂ ਖਾਲੀ ਉਤਾਰ ਲਾਂਗੇ ਆ ਫੰਦਾ ਪਾਉਣ ਲਾਂਗੇ ਜਿਹੜਾ ਦੋ ਦਾ ਇੱਕ ਕੀਤਾ ਹੈ ਇਹਨੂੰ ਫਿਰ ਖਾਲੀ ਉਤਾਰ ਲਾਂਗੇ ਪੂਰੀ ਸਲਾਈ ਆਪਾਂ ਇਸ ਤਰੀਕੇ ਬਣਾਵਾਂਗੇ ਆ ਫੰਦੇ ਨੂੰ ਖਾਲੀ ਉਤਾਰ ਲਿਆ ਇਹਨੂੰ ਮੈਂ ਉਨ ਲਿਆ ਇਹਨੂੰ ਖਾਲੀ ਉਤਾਰਿਆ ਇਹਨੂੰ ਉਨ ਲਿਆ ਪੂਰੀ ਸਲਾਈ ਮੈਂ ਇਸ ਤਰੀਕੇ ਕੰਪਲੀਟ ਕਰੂੰਗੀ ਆ ਲਾਸਟ ਦੇ ਦੋ ਫੰਦੇ ਫੇਰ ਆਪਣੇ ਉਲਟੇ ਆ ਗਏ ਹੁਣ ਆਪਾਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਆ ਗਏ ਇਹ ਪਹਿਲੇ ਦੋ ਫੰਦੇ ਤੇ ਆਪਣੇ ਉਲਟੇ ਹੀ ਆਉਣੇ ਆ ਅੱਗੇ ਹੁਣ ਆਪਾਂ ਇਸ ਬੰਦੇ ਨੂੰ ਦੋ ਦਾ ਇੱਕ ਕੀਤਾ ਜਿਹਾ ਵੇਖੋ ਹੁਣ ਆਪਾਂ ਇੰਤੇ ਵਾਲ ਪਾ ਦਾਂਗੇ ਇਹਨੂੰ ਖਾਲੀ ਉਤਾਰ ਲਾਂਗੇ ਤੇ ਆ ਇੱਕ ਵਾਲ ਵਾਲਾ ਤੇ ਇੱਕ ਆ ਜਿਹੜਾ ਖਾਲੀ ਉਤਾਰਿਆ ਇਹਨਾਂ ਦੋ ਦਾ ਆਪਾਂ ਇੱਕ ਕਰ ਦਾਂਗੇ ਇੰਜ ਫੇਰ ਇਹਨੂੰ ਇੰਜ ਵਾਲ ਪਾ ਕੇ ਉਤਾਰ ਲਾਂਗੇ ਇਹਨਾਂ ਦੋਹਾਂ ਦਾ ਇੱਕ ਕਰ ਦਾਂਗੇ ਇਸ ਤਰੀਕੇ ਹੋਣਾ ਬਈ ਕੋ ਸ਼ੁਰੂ ਜਿਦੋਂ ਆਪਾਂ ਕੀਤਾ ਵਾ ਦੋ ਫੰਦੇ ਖਾਲੀ ਉਤਾਰ ਕੇ ਇੱਥੇ ਵਲ ਪਾਇਆ ਵਾ ਇਧਰ ਆਪਣਾ ਆਪਣੇ ਆਪ ਹੀ ਦੋ ਦਾ ਇੱਕ ਆ ਗਿਆ ਲਾਸਟ ਦੇ ਫੰਦੇ ਫੇਰ ਆਪਣੇ ਉਲਟੇ ਉਲਟੀ ਸਲਾਈ ਫੇਰ ਉਸੇ ਤਰੀਕੇ ਆ ਗਈ ਆਪਣੀ ਵਾਲ ਵਾਲੇ ਫੰਦਾ ਤੇ ਇਹਦੇ ਨਾਲ ਦਾ ਜਿਹੜਾ ਇੱਕ ਖਾਲੀ ਤਾਰੀ ਜਣਾ ਜਿਹੜਾ ਉਹਨੇ ਆ ਫੰਦਾ ਨੂੰ ਨਹੀਂ ਜਣਾ ਇਹਨਾਂ ਨੂੰ ਖਾਲੀ ਉਤਾਰ ਲਿਆ ਇਹਨਾਂ ਨੂੰ ਔਨ ਲੈਣਾ ਹੈ ਪੂਰੀ ਸਲਾਈ ਆਪਾਂ ਇਸ ਤਰੀਕੇ ਕੰਪਲੀਟ ਕਰ ਲੈਣੀ ਹੈ ਇਹੀ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਵਾ ਇਹ ਇੱਕ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਜਿਹੜਾ ਆਪਾਂ ਨੂੰ ਨਹੀਂ ਪਤਾ ਦਿਖਦਾ ਥੋੜਾ ਜਿਹਾ ਬਣ ਜੂਗਾ ਫਿਰ ਇਹ ਡਿਜ਼ਾਈਨ ਜਿਹੜਾ ਆਪਾਂ ਨੂੰ ਦਿਖਣ ਲੱਗ ਜਾਂਦਾ ਹੈ ਆ ਵੇਖੋ ਇਹਨਾਂ ਦੋ ਦਾ ਇੱਕ ਇਹਨੂੰ ਵਲ ਪਾ ਲਿਆ ਦੋ ਦਾ ਇੱਕ ਇਹਨੂੰ ਵਲ ਪਾ ਲਿਆ ਜਿਹੜੀ ਮੈਨੂੰ ਪਿਕ ਭੇਜੀ ਗਈ ਆ ਜਿੰਨ ਤੋਂ ਮੈਂ ਵੇਖ ਕੇ ਡਿਜ਼ਾਈਨ ਤਿਆਰ ਕੀਤਾ ਵਾ ਉਹ ਥੋੜੀਆਂ ਮੋਟੀਆਂ ਸਲਾਈਆਂ ਨਾਲ ਡਿਜ਼ਾਈਨ ਬਣਿਆ ਹੋਇਆ ਏ ਇਸ ਕਰਕੇ ਉਹਦੀ ਡੱਬੀ ਥੋੜੀ ਜਿਹੀ ਵੱਡੀ ਵੱਡੀ ਦਿਖਦੀ ਆ ਸੇਮ ਹੀ ਇਸ ਤਰ੍ਹਾਂ ਡਿਜ਼ਾਈਨ ਜਿਹੜਾ ਆਪਣਾ ਬਣ ਕੇ ਤਿਆਰ ਹੋ ਜਾਣਾ ਵਾ ਇਹੀ ਚਾਰ 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 ਸਲਾਈਆਂ ਨੂੰ ਇਹਨਾਂ ਨੂੰ ਅੱਗੇ-ਅੱਗੇ ਰਿਪੀਟ ਕਰਦੇ ਜਾਓ ਤੇ ਇੱਕ ਸ਼ਾਨਦਾਰ ਡਿਜ਼ਾਈਨ ਤਿਆਰ ਕਰਦੇ ਜਾਓ ਜੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਿਓ ਤਾਂ ਕਿ ਮੈਂ ਇਸ ਤਰ੍ਹਾਂ ਨਵੇਂ-ਨਵੇਂ ਡਿਜ਼ਾਈਨ ਤੁਹਾਨੂੰ ਸਿਖਾਉਂਦੀ ਰਹਾ